ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ। ਹੋਪ ਸੋ ਤੁਸੀਂ ਸਾਰੇ ਵਧੀਆ ਹੋਣੇ ਆ। ਕੱਲ ਮੇਰੇ ਦੁਆਰਾ ਇੱਕ ਵੀਡੀਓ ਬਣਾਈ ਗਈ ਸੀਗੀ DLED ਐਂਟਰੈਂਸ ਟੈਸਟ ਨੂੰ ਲੈ ਕੇ ਕਿ ਤੁਹਾਡੀ ਪ੍ਰੀਖਿਆ 26 ਨਵੰਬਰ ਨੂੰ ਕੰਡਕਟ ਕਰਵਾਈ ਜਾਣੀ ਆ, ਬਟ ਹੁਣ ਕੁਝ ਤਕਨੀਕੀ ਕਾਰਨਾਂ ਕਰਕੇ ਇਹ ਜਿਹੜੀ ਪ੍ਰੀਖਿਆ ਹੈਗੀ ਆ ਜੀ ਮੁਲਤਵੀ ਕੀਤੀ ਜਾਂਦੀ ਆ। ਨਵੀਂ ਜਿਹੜੀ ਡੇਟ ਹੈਗੀ ਆ ਇਹ ਹੈਗੀ ਆ ਜੀ 3 ਦਸੰਬਰ। 3 ਦਸੰਬਰ ਦਿਨ ਐਤਵਾਰ ਮੋਰਨਿੰਗ 10 ਵਜੇ ਤੁਹਾਡਾ ਪੇਪਰ ਸ਼ੁਰੂ ਹੋ ਜਾਣਾ ਆ ਐਂਡ 1 ਵਜੇ ਤੱਕ ਤੁਹਾਡੀ ਪ੍ਰੀਖਿਆ ਚੱਲਣੀ ਆ। ਸੋ ਇੱਕ ਛੋਟਾ ਜਿਹਾ ਅਪਡੇਟ ਸੀਗਾ, ਜਿਹਨਾਂ ਸਾਥੀਆਂ ਨੇ DLED ਦਾ ਫਾਰਮ ਫਿਲ ਕੀਤਾ ਸੀਗਾ, ਜਿਹੜੇ ਸਾਥੀ DLED ਦਾ ਕੋਰਸ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ ਜੀ, ਉਹਨਾਂ ਨੂੰ ਇਹ ਪ੍ਰੀਖਿਆ ਪਾਸ ਕਰਨੀ ਪੈਣੀ ਆ, ਫਿਰ ਹੀ ਉਹ DLED ਦੇ ਕੋਰਸ ਵਿੱਚ ਦਾਖਲਾ ਲੈ ਸਕਦੇ ਆ। ਸੋ ਤੁਸੀਂ ਜਿਹੜੇ ਨਵੇਂ ਐਡਮਿਟ ਕਾਰਡ ਨੇ ਜੀ ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਕੁਝ ਟਾਈਮ ਜਾਂ ਫਿਰ ਕੁਝ ਦਿਨਾਂ ਦੇ ਵਿੱਚ। ਸੋ ਤੁਸੀਂ ਅਪ ਟੂ ਡੇਟ ਰਹੋ, ਇਹਨਾਂ ਦੀ ਵੈਬਸਾਈਟ 'ਤੇ ਰੈਗੂਲਰ ਚੈੱਕ ਕਰਦੇ ਰਹੋ। ਸੋ ਛੋਟਾ ਜਿਹਾ ਅਪਡੇਟ ਸੀ। ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਕਿਸੇ ਵੀ ਅਪਡੇਟ ਨੂੰ ਪ੍ਰਾਪਤ ਕਰਦੇ ਰਹਿਣ ਲਈ, ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ। ਥੈਂਕ ਯੂ ਸੋ ਮੱਚ ਫੋਰ ਵਾਚਿੰਗ। ਗੋਡ ਬਲੈਸ ਯੂ ਆਲ।